हाँ जी, सलाम अलैकुम वीरो। मैं थोड़ा दोस्त वकार, तुसी वेख रहे जे विलॉग टॉप विलेज। तो मैं बैठा वहां अपने ट्रैक्टर के कोल, देख सकते जे इन्हें तो इलैक्ट्रीशियन का काम किया जी, लाइटिंग शैटिंग लाई आ, ठीक है, वो तुहानू दिखाने जी। तो तुसी भी घर बह के मतलब घरें अपने इलैक्ट्रीशियन का काम कर सकते जे, लाइटिंग ला सकते जे, लाइटिंग बाजारों लिया के तुसी खुद ला सकते जे, इन्हें तुहाडा एक टाइम बचता वा, दूसरे पैसे भी बचते ने, सही आ। ਤੁਹਾਨੂੰ ਲਾਈਟਾਂ ਸ਼ਾਈਟਾਂ ਵਿਖਾਉਂਦੇ ਹਾਂ ਜੀ, ਵੀਡੀਓ ਸਾਡੀ ਅੱਛੀ ਲੱਗੀ ਹੋਵੇ ਅਤੇ ਵੀਡੀਓ ਨੂੰ ਸਾਡੀ ਨੂੰ ਤੁਸੀਂ ਲਾਈਕ ਕਰਨਾ ਵਾ, ਕਮੈਂਟ ਵੀ ਕਰਨਾ, ਠੀਕ ਆ। ਹੁਣ ਡਿਟੇਲ ਮੈਂ ਤੁਹਾਨੂੰ ਸਮਝਾਉਂਦਾ ਵਾਂ ਮੈਂ ਕਿੱਥੇ ਕਿੱਥੇ ਲਾਈਟਾਂ ਲਾਈਆਂ। ਲਓ ਜੀ, ਮੈਂ ਆਪਣੇ ਹੁਣ ਟਰੈਕਟਰ ਦੇ ਕੋਲ ਆ ਗਿਆ ਵਾਂ, ਲਾਈਟਾਂ ਸ਼ਾਈਟਾਂ ਮੈਂ ਤੁਹਾਨੂੰ ਦਿਖਾਉਂਦੇ ਹਾਂ, ਕਿਉਂਕਿ ਦਿਨ ਦਾ ਟਾਈਮ ਹੈਗਾ ਜੀ, ਠੀਕ ਹੈ। ਇੱਕ ਵੀਡੀਓ ਮੈਂ ਰਾਤ ਦੇ ਟਾਈਮ ਦੀ ਬਣਾਈ ਹੈ, ਉਹ ਵੀ ਵਿੱਚ ਐਡ ਕਰ ਦਿਆਂਗਾ, ਉਹ ਵੀ ਦੇਖ ਲਿਆ ਜੇ। ਅਤੇ ਰਾਤ ਨੂੰ ਕਿੱਦਾਂ ਦੀ ਲਾਈਟਾਂ ਲੱਗਦੀਆਂ ਸਨ ਜਾਂ ਦਿਨ ਨੂੰ ਕਿੱਦਾਂ ਦੀਆਂ ਲੱਗਦੀਆਂ ਸਨ, ਸਹੀ ਹੈ। ਅਤੇ ਤੁਹਾਨੂੰ ਦਿਖਾਉਂਦਾ ਵਾ ਜੀ, ਆਹ ਟੋਕਰੀ ਚਾਬੀ ਰੱਖੀ ਹੋਈ ਆ ਜੀ, ਚਾਬੀ ਚੱਕਦੇ ਹਾਂ, ਸੁੱਚ ਲਾਉਂਦੇ ਹਾਂ ਅਤੇ ਲਾਈਟਾਂ ਚਲਾਉਂਦੇ ਹਾਂ ਜੀ, ਲਾਈਟਾਂ ਜਲ ਗਈਆਂ, ਠੀਕ ਆ। ਆਹ ਲਾ ਦਿੱਤੀ ਆ ਜੀ, ਇੱਥੇ ਇੱਕ ਸੀਟ ਦੇ ਥੱਲੇ ਲੱਗੀ ਹੋਈ ਹੈ ਜੀ, ਠੀਕ ਹੈ, ਮਰਗਾਡਾਂ ਦੇ ਵਿੱਚ ਲੱਗੀ ਹੋਈ ਆ, ਉਹ ਦੇਖ ਸਕਦੇ ਜੇ ਪਰਲੇ ਮਰਗਾੜੇ 'ਚ ਵੀ ਐਵੇਂ ਲੱਗੀ ਹੋਈ। ਆਹ ਸੀਟ ਦੇ ਥੱਲੇ ਬਹੁਤ ਰਾਤ ਨੂੰ ਖੂਬਸੂਰਤ ਦਿਸਦੀ ਆ ਜੀ, ਉਹ ਮੈਂ ਕਲਿੱਪ ਪਾਇਆ, ਉਹ ਵੀ ਤੁਹਾਨੂੰ ਵਿੱਚ ਨਜ਼ਰ ਆਏਗਾ ਇਨਸ਼ਾਅੱਲਾ। ਆਏ ਸਭ ਤੋਂ ਜਿਹੜੀ ਅੱਛੀਆਂ ਲਾਈਟਾਂ ਲਾਈਆਂ ਨਾ, ਬਿਹਤਰੀਨ ਕਿਸਮ ਦੀਆਂ, ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਜੀ। ਆਹ ਦੇਖ ਲਓ ਜੀ, ਕਿਆ ਬਾਤ ਹੈ, ਆਹ ਜ਼ਬਰਦਸਤ ਆ ਜੀ। ਲਓ ਜੀ, ਹੁਣ ਆਪਾਂ ਤੁਹਾਨੂੰ ਰਾਤ ਨੂੰ ਦਿਖਾਉਂਦੇ ਹਾਂ ਕਿ ਰਾਤ ਨੂੰ ਮਤਲਬ ਜਿਹੜੀ ਮੈਂ ਇਲੈਕਟ੍ਰੀਸ਼ਨ ਕੀਤੀ ਆ ਉਹ ਲਾਈਟਾਂ ਕਿੱਦਾਂ ਦੀਆਂ ਲੱਗਦੀਆਂ ਜੀ, ਠੀਕ ਆ, ਫਰੰਟ ਵਾਲੀਆਂ ਵੀ ਅਤੇ ਆ ਜਿਹੜੀਆਂ ਮਤਲਬ ਕਿ ਸੈਂਟਰ ਮਰਗਾਡਾਂ 'ਚ ਲਾਈਆਂ ਜਾਂ ਸ਼ੋਅ ਦੇ ਵਿੱਚ ਲਾਈ ਆ ਲਾਈਟ ਜਾਂ ਸੀਟ ਦੇ ਥੱਲੇ ਲਾਈ ਆ, ਇਹ ਕਿੱਦਾਂ ਦੀ ਲੱਗਦੀ ਹੈਗੀ ਆ, ਠੀਕ ਆ, ਤੁਹਾਨੂੰ ਦਿਖਾਉਂਦੇ ਹਾਂ ਜੀ। ਦੇਖਿਆ ਜੀ, ਫਲੱਸ਼ ਮੈਂ ਬੰਦ ਕਰ ਦਿੰਦਾ ਵਾਂ ਤਾਂ ਕਿ ਅੱਛੀ ਤਰ੍ਹਾਂ ਤੁਹਾਨੂੰ ਨਜ਼ਰ ਆਵੇ। ਆਹ ਮਰਗਾੜ ਦੇ ਅੰਦਰ ਆ, ਆਹ ਸੀਟ ਦੇ ਥੱਲੇ ਆ ਜੀ, ਸ਼ੋਅ ਦੇ ਵਿੱਚ ਹੈਗੀ ਆ ਜੀ। ਫਿਰ ਸਭ ਤੋਂ ਅੱਛੀ ਜਿਹੜੀ ਮੈਨੂੰ ਪਸੰਦ ਆਈ ਆ ਜੀ, ਉਹ ਆਏ ਹੈਗੀ ਆ ਜੀ, ਅਤੇ ਤੁਸੀਂ ਕਮੈਂਟ 'ਚ ਲਾਜ਼ਮੀ ਦੱਸਣਾ ਹੈ ਜੀ ਕਿੱਦਾਂ ਦੀ ਇਹ ਇਲੈਕਟ੍ਰੀਸ਼ਨ ਲੱਗੀ ਆ ਜੀ। ਆਪਾਂ ਸਾਰੀ ਵਾਇਰਿੰਗ ਖੁਦ ਕੀਤੀ ਸੀਗੀ ਜੀ ਘਰ ਹੀ, ਸਹੀ ਆ, ਲਾਜ਼ਮੀ ਦੱਸਿਓ ਜੇ, ਇੱਕ ਦਫ਼ਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੀ।